आसान बात के जब जे सारे पहाड़ गुरु दे जे पहाड़ सारा दिन साधु अपनी सेवा आप लावे दास नो सुखी हाजरी से नहीं भर सकया लेकिन सूचना मिली है कि संत माता जी वालों बड़ी दृढ़ता दे नाल ते बड़े जोर नाल समझाया गया संतां नूं जिहड़े आसन लगे हन इहदे विचकार सारे अपना हिस्सा पावन ये जो बख्शिश हो रही है कृपा हो रही है सतगुरु चोली कर दान बख्श कर रहा है असि यतन करिए जहां को आए सोई बिहाजो काम कार छड़ के इत्थे आए हां तो जरूर अपना हिस्सा नाम सिमरन कर जप जपजी साहिब पाठ कर गुरु दे जन पाठ कर हिस्सा पा के सतगुरां दीआं खुशियां लईए क्योंकि एक होंदा है काम अपने मन नाल करना कि साडा मन जो चाहुंदा है करना एक ओ होंदा है जो सतगुरु सानूं हुक्म करदे आ जिस सतगुरु दा हुक्म आ जाए सतगुरु दा वचन आ जाए नानक नदरी मदन निहार असन माता जी जो वचन ओ चौधरी घर पा के आसन ते बैठ के सतगुरु दी गोद दा आनंद माणी जो दर्शन करांगे सतगुरां दे उन्हां दे मुस्कान दे हुए चेहरे दे उन्हां दे अनोरी ऐसे नूर है उन्हां दे चेहरे दे साडा मन अगर झूर रहा होवे ना ते सतगुरां दे सरूप दे दर्शन करो साडा झूरना दूर हो जांदा इंज लगदा कि सतगुरु कहिंदा चिंता ना कर सतगुरु कहिंदा चिंता ना कर तेरा काम हो जाएगा ਕਿ ਅੰਦਰੋਂ ਆਵਾਜ਼ ਆਉਂਦੀ ਸਤਿਗੁਰੂ ਦੀ ਇਹ ਬਖਸ਼ਿਸ਼ ਇਹ ਸਤਿਗੁਰੂ ਮਹਿਸੂਸ ਹੁੰਦਾ ਹੈ ਸਤਿਗੁਰੂ ਸੇਵਾ ਰਾਮ ਜੀ ਨੇ ਸਭ ਕੀ ਸੁਣਾਈ ਸੀ ਤੇ ਸੁਣਾਉਂਦੇ ਸਨ ਜਿਹੜੇ ਉਹ ਬੰਦੇ ਪੰਚਮੀਆਂ ਰੋਡ ਤੇ ਜਿਹੜਾ ਦੁਕਾਨਾਂ ਸਨ ਉਹਨਾਂ ਸੇਵਕਾਂ ਦੀ ਕਿ ਹਾਫੜ ਆਏ ਸਨ ਉਹ ਤਾਂ ਉਹ ਜਿਸ ਟਾਈਮ ਸਤਿਗੁਰੂ ਭਗਵਾਨ ਦਾ ਜੀ ਦੇ ਅਕਾਲ ਤਖ਼ਤ ਪਲੰਗ ਸਾਹਿਬ ਕੋਲ ਬੈਠੇ ਸਤਿਗੁਰੂ ਸੇਵਾ ਰਾਮ ਸੁਣਾਉਂਦੇ ਸਨ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਉਹਨਾਂ ਦੇ ਸਿਰ ਤੇ ਕਿਸੇ ਨੇ ਹੱਥ ਰੱਖਿਆ ਹੈ ਉਹਨਾਂ ਨੇ ਮਹਿਸੂਸ ਕੀਤਾ ਕਿ ਸਾਡੇ ਸਿਰ ਤੇ ਕਿਸੇ ਨੇ ਹੱਥ ਰੱਖਿਆ ਹੈ ਤਾਂ ਕਹਿੰਦੇ ਬੱਚਿਓ ਚਿੰਤਾ ਨਾ ਕਰੋ ਉਹ ਮਹਿਸੂਸ ਤਾਂ ਅਸੀਂ ਵੀ ਤੱਕਦੇ ਹਾਂ ਜਿਸ ਵੇਲੇ ਮਨ ਕਰਕੇ ਸਤਿਗੁਰੂ ਸੇਵਾ ਰਾਮ ਜੀ ਦਾ ਸਰੂਪ ਤੱਕੋ ਨਾ ਤਾਂ ਅੰਦਰੋਂ ਇਹ ਆਵਾਜ਼ ਆਉਂਦੀ ਬੱਚਿਓ ਚਿੰਤਾ ਨਾ ਕਰੋ ਮੈਂ ਨਾਲ ਹਾਂ ਤੁਹਾਡੇ ਇਹ ਆਵਾਜ਼ ਸਤਿਗੁਰਾਂ ਦੀ ਆਵਾਜ਼ ਆਉਂਦੀ ਹੈ ਬੱਚੋ ਚਿੰਤਾ ਨਾ ਲੇਕਿਨ ਲੋੜ ਹੈ ਕਿ ਮਨ ਕਰਕੇ ਅਸੀਂ ਸਤਿਗੁਰਾਂ ਦੇ ਸਰੂਪ ਦੇ ਦਰਸ਼ਨ ਕਰੀਏ ਤਿਆਰ ਤਿਆਰ ਸਾਨੂੰ ਆਪਦੇ ਕਹਿੰਦੇ ਨਾ ਹਾਫੜ ਜਾਂਦੇ ਹੋ ਨਾ ਕੋਟ ਦੇ ਜਾਂਦੇ ਹੋ ਮੱਥਾ ਟੇਕ ਕੇ ਤੁਰੰਤ ਬਾਹਰ ਆ ਜਾਓ ਨਹੀਂ ਰੁਕ ਕੇ ਇੱਕ ਮਿੰਟ ਸਤਿਗੁਰਾਂ ਗੱਲ ਤਾਂ ਕਰੋ ਦੇਖੋ ਸਤਿਗੁਰ ਕਿਵੇਂ ਜਵਾਬ ਦਿੰਦੇ ਸਾਰੀਆਂ ਗੱਲਾਂ ਨੂੰ ਪਿਆਰ ਦੀਆਂ ਇਹਨਾਂ ਦਿਨਾਂ ਚ ਕਰ ਪਿਆਰ ਸਿੱਖਣਾ ਸਾਨੂੰ ਪਿਆਰ ਜਿਨ ਪ੍ਰੇਮ ਕੀਓ ਬਹੁਤ ਛੋਟੇ ਹੁੰਦੇ ਸਨ ਆਰਤੀ ਕਰਦੇ ਸਨ ਉਸ ਤੋਂ ਬਾਅਦ ਕੁਛ ਬੱਚੇ ਅਲੱਗ ਅਲੱਗ ਹੋ ਗਏ ਤੇ ਨੀਂਹ ਸੋ ਬਣਿਆ ਸਵੇਰੇ ਦੇ ਦੀਵਾਨ ਕਾਰ ਸ਼ਬਦ ਪੜਿਆ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਸਾਹਿਬ ਮਹਾਰਾਜ ਜੀ ਇਤਨੇ ਪ੍ਰਸੰਨ ਹੋਏ ਕੋਲ ਬੱਚਾ ਜੀ ਬੈਠੇ ਸਨ ਰਾਰਸੀ ਜੀ ਬੈਠੇ ਸਨ ਰਾਮਾ ਜੀ ਬੈਠੇ ਸਨ ਪੁੱਛਣ ਲੱਗੇ ਬੱਚੇ ਨੂੰ ਕੁਝ ਦਈਏ ਬੜੇ ਪ੍ਰਸੰਨ ਹੋਏ ਆਪਣੇ ਜੇਬੇ ਚੋਂ ਪੈਨ ਕੱਢ ਕੇ ਉਹਨਾਂ ਨੇ ਵਾਜੇ ਤੇ ਰੱਖਾ ਲਿਆ ਸਤਿਗੁਰੂ ਸੇਵਾ ਰਾਮ ਜੀ ਉਹਨਾਂ ਜੇ ਪੈਨ ਕੱਢ ਵਾਜੇ ਤੇ ਉਹਨਾਂ ਰੱਖ ਦਿੱਤਾ ਤੇ ਬੜੇ ਪ੍ਰਸੰਨ ਹੋਏ ਸਾਥੀ ਤਾਂ ਬਹੁਤ ਲੰਬੀ ਹੈ ਉਹਨਾਂ ਜਿਹੜੀ ਬੇਸਿਕ ਗੱਲ ਕਰਿਆ ਕਿ ਉਹ ਕਿਸ ਤਰ੍ਹਾਂ ਬਾਅਦ ਦਾਸ ਨੂੰ ਪੁੱਛਣ ਲੱਗੇ ਬੱਚਾ ਕਿਹੜਾ ਰਾਗ ਹੈ ਕਿਹੜਾ ਰਾਗ ਪੜਿਆ ਦਾਸ ਨੇ ਰਾਗ ਦਾ ਨਾਮ ਦੱਸਤਾ ਇਹ ਪੜਿਆ ਅੱਗੋਂ ਸਤਿਗੁਰੂ ਜੀ ਚੁੱਪ ਕਰ ਗਏ ਉਹਨਾਂ ਨੇ ਗੱਲ ਨੂੰ ਨਹੀਂ ਕੱਢਿਆ ਕਿ ਬੱਚੇ ਨੇ ਗਲਤ ਬੋਲਿਆ ਤੇ ਗੱਲ ਨੂੰ ਪੱਟੀ ਨਹੀਂ ਚੁੱਪ ਕਰ ਗਏ ਕਿ ਉਹ ਸ਼ਾਂਤ ਹੋਵੇ ਫਿਰ ਇੱਕ ਬੈਠੇ ਸਨ ਬੱਚਾ ਜਿਹੜਾ ਰਾਗ ਤੁਰੰਤ ਦੱਸਿਆ ਹੈ ਕਿਹੜੇ ਕਿਹੜੇ ਸਵਰ ਸਨ ਤੇ ਡਿਟੇਲ ਸਾਰੀ ਸਮਝਾਈ ਸਾਰੀ ਗੱਲ ਸਾਹਮਣੇ ਇਹ ਆਏ ਕਿ ਬੱਚਾ ਇਹ ਰਾਗ ਇਹ ਨਹੀਂ ਇਹ ਸੀ
ਇਹ ਸਾਡੇ ਸਤਿਗੁਰਾਂ ਦੇ ਗੁਣ ਕਿ ਸਤਿਗੁਰਾਂ ਨੇ ਕਿਸ ਗਹਿਰਾਈ ਦੇ ਨਾਲ ਗੱਲ ਨੂੰ ਸੰਭਾਲਿਆ। ਸਤਿਗੁਰਾਂ ਦੀ ਇਹ ਲੈਸਨ, ਉਹਨਾਂ ਦੀ ਇਹ ਸਮਝਾਉਣੀਆਂ ਕਿ ਅਸਾਂ ਨੇ ਜੀਵਨ ਦੇ ਵਿਚਕਾਰ ਕਿਸੇ ਨੂੰ ਕਿੰਜ ਬੋਲਣਾ ਹੈ। ਬਾਣੀ ਕਹਿੰਦੇ ਬਿਟ ਬੋਲੜਾ ਜੀ ਹਰ ਸਜਣ ਸਵਾਮੀ, ਕੋੜਾ ਬੋਲ ਨ ਜਾਣੇ ਲਿਖੇ ਬਾਣੀ ਕਰ। ਇਹ ਅਸਾਂ ਨੇ ਤੱਕਿਆ ਸਤਿਗੁਰੂ ਸੇਵ ਰਾਮ ਜੀ ਦੇ ਜੀਵਨ ਦੇ ਵਿਚਕਾਰ, ਕੋੜਾ ਬੋਲ ਨ ਜਾਣੇ। ਇੱਕ ਗੁਰਸਿੱਖ ਦੀ ਸ਼ਿਕਾਇਤ ਲੈ ਕੇ ਹਾਫੜ ਤੋਂ 10-15 ਸਰੀਰ ਸ਼ਾਮ ਦੇ ਵਕਤ ਦਾਸ ਨਾਥ ਮੋਤੀ ਨਗਰ ਆ ਗਿਆ। ਸਰਦੀਆਂ ਦੇ ਦਿਨ ਸਨ, ਸੰਤ ਮਾਤਾ ਜੀ ਦੇ ਸਾਹ ਮਹਾਰਾਜ ਜੀ ਜਿੱਥੇ ਹੁਣ ਉਹਦਾ ਕਮਰਾ ਹੈ ਇਸ ਸਮੇਂ ਤਾਂ ਬੈਠੇ ਸਨ, ਤੇ ਸਾਹ ਮਹਾਰਾਜ ਜੀ ਨੇ ਉਸ ਗੁਰਸਿੱਖ ਦੀ ਸ਼ਿਕਾਇਤ, ਸਾਰੇ ਜਮਨਾ ਦਾਸ ਜੀ ਵੀ ਆਏ ਸਨ, ਹੋਰ ਆਇਆ ਸਿੰਘ ਜੀ ਸਨ, ਦਾਸ ਨਾਥ ਜੀ ਖਲੋ ਕੇ ਗੱਲਾਂ ਕਰ ਰਹੇ ਹਨ, ਸਾਹ ਮਹਾਰਾਜ ਗੱਲ ਹੋ ਰਹੀ ਹੈ ਤੇ ਸਾਹ ਮਹਾਰਾਜ ਸੁਣ ਰਹੇ ਹਨ, ਸੁਣ ਰਹੇ ਹਨ ਮੁਸਕਰਾ ਰਹੇ ਹਨ। ਸੰਗ ਗੁੱਸਾ ਰਹੇ ਜਿਹੜਾ ਕੰਮ ਕੀਤਾ ਸੀ ਉਹ ਕੰਮ ਬਹੁਤ ਹੀ ਮਰਿਆਦਾ ਤੋਂ ਬਹੁਤ ਗਲਤ ਕੰਮ ਕੀਤਾ ਸੀ, ਸਾਨੂੰ ਸਾਰਿਆਂ ਦਾ ਕ੍ਰੋਧ ਸੀ, ਸਾਨੂੰ ਬੜਾ ਮਹਿਸੂਸ ਹੋ ਰਿਹਾ ਸੀ ਕਿਉਂ ਕੀਤਾ, ਅਸਾਂ ਤਾਂ ਸੰਗਤ ਤੋਂ ਕੱਢ ਜਾਣਾ ਚਾਹੀਦਾ ਜਿਹੜਾ ਕੰਮ ਕੀਤਾ ਸੀ। ਸਾਡੇ ਸਾਰਿਆਂ ਦਾ ਇਹ ਵਿਚਾਰ ਸਨ ਕਿ ਇਸ ਨੂੰ ਬਾਈਕਾਟ ਕੀਤਾ ਜਾਏ, ਇਸ ਨੂੰ ਸੰਗਤ ਤੋਂ ਕੱਢ ਦਿੱਤਾ ਜਾਏ। ਸੰਤ ਮਾਤਾ ਜੀ ਸੁਣ ਰਹੇ ਸਨ, ਸਾਹ ਮਹਾਰਾਜ ਸਰਪੰਚ ਦੇ ਸਾਹ ਮਹਾਰਾਜ ਮੁਸਕਰਾ ਰਹੇ ਸਨ, ਉਹ ਮੁਸਕਰਾਉਣ ਉਹਨਾਂ ਦੇ ਮੁਸਕਰਾਹਟ ਸਾਡਾ ਹੋਰ ਗੁੱਸਾ ਹੈ। ਮਾਤਾ ਜੀ ਨੇ ਰਾਤ ਤੱਕਿਆ ਸੀ। ਸੰਤ ਮਾਤਾ ਜੀ ਚੁੱਪ ਕਰ ਰਹੇ। ਮਾਤਾ ਜੀ ਨੇ ਸਾਨੂੰ ਸਾਰਿਆਂ ਨੂੰ ਕਿਹਾ, ਬੱਚਿਓ ਜਿਹੜਾ ਬਾਈ ਭਾਦਰ ਰਾਤ ਹੀ ਆ ਜਾਂਦਾ ਨਾ, ਇਹ ਇੱਕ ਨਿਗਾਹ ਬਖਸ਼ਿਸ਼ ਕਰ, ਉਹ ਸਾਧੂ ਸਾਰਿਆਂ ਉਤਾਰ ਲੈ, ਉਹ ਔਵਨ ਬਖਸ਼ ਦੇ। ਕੋੜਾ ਬੋਲ ਨਾ ਜਾਣੇ, ਉਹ ਤਾਂ ਕੋੜਾ ਬੋਲਦਾ ਹੀ ਨਹੀਂ, ਉਸਨੇ ਤਾਂ ਗੁੱਸਾ ਕਰਨਾ ਹੀ ਨਹੀਂ, ਉਸਨੇ ਤਾਂ ਹਰ ਵੇਲੇ ਮਿੱਠਾ ਹੀ ਬੋਲਣਾ, ਹਰ ਵੇਲੇ ਕਿਰਪਾ ਹੀ ਕਰਨੀ ਹੈ, ਹਰ ਵੇਲੇ ਬਖਸ਼ਿਸ਼ ਹੀ ਕਰਨੀ ਹੈ। ਐਸਾ ਸਤਿਗੁਰੂ ਜਿਹਦੇ ਦਰਬਾਰ ਅਸੀਂ ਬੈਠੇ ਹਾਂ, ਅਸੀਂ ਜਿਹਨੇ ਬੈਠੇ ਹਾਂ ਨਾ ਸਾਰੇ ਭਾਗਾਂ ਵਾਲੇ, ਜਿਹਨੇ ਅਸੀਂ ਬੈਠੇ ਹਾਂ ਸਾਡੇ ਚੰਗੇ ਭਾਗ ਹਨ, ਚੰਗੇ ਭਾਗ, ਅਤੇ ਅਸੀਂ ਸਤਿਗੁਰਾਂ ਨੇ ਬੈਠ ਕੇ ਅਸੀਂ ਉਹਨਾਂ ਦੇ ਗੁਣਾਂ ਦਾ ਆਨੰਦ ਲੈ ਰਹੇ ਹਾਂ, ਉਹਨਾਂ ਦੇ ਗੁਣਾਂ ਦੀ ਸਾਂਝ ਕਰ ਰਹੇ ਹਾਂ, ਉਹਨਾਂ ਦੇ ਗੁਣਾਂ ਨੂੰ ਯਾਦ ਕਰਕੇ ਮਨ ਪ੍ਰਫੁੱਲਤ ਕਰ ਰਹੇ ਹਾਂ। ਗੁਰਸਿੱਖਾਂ ਕੇ ਮਨ ਪਾਉਂਦੀ ਗੁਰ ਸਤਿਗੁਰ ਕੀ ਵਡਿਆਈ, ਉਸਦੀ ਵਡਿਆਈ ਜਿਸਮ ਭਾਵੇ ਉਹ ਗੁਰਸਿੱਖ ਹੈ। ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ, ਹੁਣ ਤਾਂ ਕਾਰਜ ਸਵਾਰੇ ਹਨ, ਕੱਲ੍ਹ ਸਵੇਰੇ ਵੀ 4:30 ਵਜੇ ਜਪ ਯੋਗ ਵਰਨੀ ਸੰਤ ਮਾਤਾ ਜੀ ਹਜ਼ੂਰੀ ਦੇ ਵਿਚਕਾਰ ਅਰਦਾਸਾ ਹੋਏਗਾ, ਆਖਣ ਲੱਗਣਗੇ। 6 ਵਜੇ ਅਖੰਡ ਖਾਲਸਾ ਦੀ ਵਾਰ ਦਾ ਕੀਰਤਨ, 9 ਵਜੇ ਤੱਕ ਉਪਰੰਤ ਜਿਵੇਂ ਜਿਵੇਂ ਰਾਗੀ ਸਿੰਘ ਸਟੇਜ 'ਤੇ ਆਉਣਗੇ ਤਿਆਰ ਕਰਨ ਵਾਲੇ ਆਦਿ ਗੁਰਬਾਣੀ ਕੀਰਤਨ ਦਾ ਨਿਹਾਲ ਕਰਨਗੇ। 1 ਘੰਟੇ ਦੀ ਸੇਵਾ ਭੈਣ ਗੁਰਮੀਤ ਕੌਰ ਜੀ ਕੋਲ ਲੈਣੀ ਹੈ, ਕੱਲ੍ਹ ਸਵੇਰੇ ਉਹਨਾਂ ਨੇ ਬੇਨਤੀ ਕਰਾਂਗੇ ਭੈਣ ਗੁਰਮੀਤ ਕੌਰ ਜੀ, ਜਿਹਨਾਂ ਕੋਲ ਸਤਿਗੁਰਾਂ ਦੀਆਂ ਐਸੀਆਂ ਸਾਖੀਆਂ, ਐਸੇ ਉਹਨਾਂ ਕੋਲ ਖਜ਼ਾਨੇ ਹਨ, ਉਹਨਾਂ ਨੂੰ ਬੇਨਤੀ ਕਰਾਂਗੇ 1 ਘੰਟੇ ਲਈ ਲਖਨਊ ਵੀ ਨਿਹਾਲ ਕਰਾਂਗੇ। ਹੋਰ ਵੀ ਕਵੀ ਹਨ ਜੋ ਸਤਿਗੁਰਾਂ ਦੇ ਤਿਆਰ ਕਵਿਤਾ ਤਿਆਰ ਕਰਕੇ ਲੈ ਆਵਾਂ, ਆਪਣੇ ਨਾਮ ਸਮੇਂ 'ਤੇ ਲਿਖਾ ਦੇਣ, ਜੋ ਆਉਣ ਵਾਲੇ ਪ੍ਰੋਗਰਾਮਾਂ ਵਿਚਕਾਰ ਉਹਨਾਂ ਨੂੰ ਵੀ ਸੇਵਾ ਦੇ ਕੇ ਸਤਿਗੁਰਾਂ ਦੀਆਂ ਖੁਸ਼ੀਆਂ, ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦਿੱਤੀਆਂ ਜਾਣ। ਤੁਰਖਾ ਤੋ